ਅਤੇ ਇਹਦਾ ਮਤਲਬ ਬਾਰਟਰ ਸਿਸਟਮ ਜਿਹੜਾ ਹੈਗਾ ਵਾ, ਸਿਰਫ ਉਹੀ ਗੁੱਡਜ਼ ਜਿਹੜੀਆਂ ਉਹ ਚੱਲ ਸਕਦੀਆਂ ਨੇ ਜਿਹੜੀਆਂ ਗੁੱਡਜ਼ ਇੱਕ ਦੂਜੇ ਦੀ ਜ਼ਰੂਰਤ ਹੋਣ। ਜੇ ਮਗਰ ਜਦੋਂ ਆਪਾਂ ਗੱਲ ਕਰਦੇ ਹਾਂ ਕਮਰਸ ਦੀ, ਹੁਣ ਇਹਦੇ ਵਿੱਚ ਕੀ ਹੋਇਆ ਵੀ ਜਿਹੜਾ ਹਿੰਡਰੈਂਸ ਆਫ ਐਕਸਚੇਂਜ ਆ ਉਹਨੂੰ ਖਤਮ ਕਰਤਾ ਵਾ ਕਮਰਸ ਨੇ। ਕਿਉਂਕਿ ਜਿਸ ਤਰ੍ਹਾਂ ਹੁਣ ਆਪਾਂ ਕਹਿੰਦੇ ਕਣਕ ਅਤੇ ਚਾਵਲ ਵਾਲੇ ਬੰਦੇ ਆਪਸ 'ਚ, ਜਿਸ ਤਰ੍ਹਾਂ ਕਿ ਮੈਨੂੰ ਚਾਵਲ ਦੀ ਜ਼ਰੂਰਤ ਆ ਅਤੇ ਮੈਂ ਚਾਵਲ ਜਿਹੜੇ ਆ ਕਿ ਉਹ ਬੰਦੇ ਲੱਭਾਂਗਾ ਜਿਹਨੂੰ ਕਣਕ ਦੀ ਜ਼ਰੂਰਤ ਆ, ਮੈਂ ਉਹਨੂੰ ਕਣਕ ਦੇਵਾਂ ਤਾਂ ਚਾਵਲ ਕੋਲ ਲੈ ਲਾਂ, ਮਗਰ ਇਹ ਬੰਦੇ ਲੱਭਣੇ ਮੁਸ਼ਕਲ ਸੀ। ਇਸ ਕਰਕੇ ਹੌਲੀ ਹੌਲੀ ਕੀ ਕੀਤਾ ਗਿਆ ਵੀ ਆਪਾਂ ਬਾਰਟਰ ਸਿਸਟਮ ਨੂੰ ਖਤਮ ਕਰਕੇ ਜਿਹੜੀ ਕਮਰਸ ਆ ਉਹਨੇ ਐਕਸਚੇਂਜ ਸਿਸਟਮ ਨੂੰ ਖਤਮ ਐਕਸਚੇਂਜ ਜਿਹੜਾ ਬਾਰਟਰ ਦੀ ਜਗ੍ਹਾ ਦੇ ਉੱਤੇ ਕਰਤਾ, ਮਨੀ ਜਿਹੜੀ ਆ ਉਹਨੂੰ ਪਲੇਸ ਕਰਤਾ। ਕਿ ਹੁਣ ਆਪਾਂ ਜਿਹੜੀਆਂ ਗੁੱਡਸ ਨੇ, ਜਦੋਂ ਸਾਨੂੰ ਇਸ ਤਰ੍ਹਾਂ ਦੀ ਮੁਸ਼ਕਲ ਆਵੇ ਕਿ ਗੁੱਡਸ ਨਾਲ ਗੁੱਡਸ ਵਟਾਉਣੀਆਂ ਉਹ ਨਹੀਂ ਪੋਸੀਬਲ ਹੋ ਸਕਦੀਆਂ ਸੀ, ਮਗਰ ਹੁਣ ਮਨੀ ਜਿਹੜੀ ਆ ਉਹਦੇ ਨਾਲ ਹਰ ਇੱਕ ਚੀਜ਼ ਜਿਹੜੀ ਆ ਪੋਸੀਬਲ ਹੋ ਗਈ। ਕਮਰਸ ਨੇ ਜਿਹੜੀ ਐਕਸਚੇਂਜ ਦੀ ਹਿੰਡਰੈਂਸ ਹੈ ਉਹਨੂੰ ਖਤਮ ਕਰਤਾ ਕਿ ਸਾਨੂੰ ਹੁਣ ਉਹ ਲੋਕਾਂ ਨੂੰ ਲੱਭਣ ਦੀ ਜ਼ਰੂਰਤ ਨਹੀਂ ਜਿਹੜੀਆਂ ਸਾਡੀਆਂ ਗੁੜ ਦੀ ਜ਼ਰੂਰਤ, ਮਤਲਬ ਜਿਨ੍ਹਾਂ ਨੂੰ ਸਾਡੀ ਗੁੜ ਦੀ ਜ਼ਰੂਰਤ ਹੋਵੇ ਜਾਂ ਸਾਨੂੰ ਉਹਨਾਂ ਦੀ ਗੁੜ ਦੀ ਜ਼ਰੂਰਤ। ਆਪਾਂ ਪੈਸੇ ਦੇ ਬੇਸ ਦੇ ਉੱਤੇ ਕੋਈ ਵੀ ਗੁੜਜ਼ ਖਰੀਦ ਸਕਦੇ ਹਾਂ, ਕੋਈ ਵੀ ਗੁੜਜ਼ ਜਿਹੜੀਆਂ ਉਹ ਵੇਚ ਸਕਦੇ ਹਾਂ। ਫਿਰ ਹੌਲੀ ਹੌਲੀ ਜਿਹੜੀਆਂ ਮਨੀ ਆ ਉਹਨੇ ਬਾਰਟਰ ਸਿਸਟਮ ਨੂੰ ਰਿਪਲੇਸ ਕਰਤਾ, ਅਤੇ ਜਿਹੜੀ ਮਨੀ ਆ ਉਹ ਫਿਰ ਬੈਂਕਿੰਗ ਜਿਹੜੀ ਆ ਜਾਂ ਬੈਂਕ ਆ ਜਾਂ ਜਿਹਦੇ ਵਿੱਚ ਜਦੋਂ ਵੀ ਕੋਈ ਬੰਦਾ ਉਹ ਚੀਜ਼ ਨੂੰ ਵੇਚਦਾ ਵਾ ਜਾਂ ਖਰੀਦਦਾ ਵਾ, ਤਾਂ ਜਿਹੜਾ ਪੈਸਾ ਆ ਰਿਹਾ ਜਾਂ ਜਾ ਰਿਹਾ ਉਹਨੂੰ ਫਿਰ ਬੈਂਕਾਂ 'ਚ ਜਮ੍ਹਾਂ ਕਰਾਉਣਾ, ਇਹ ਵੀ ਕਮਰਸ ਨੇ ਜਿਹੜਾ ਵਾ ਉਹਨੂੰ ਬੈਨੀਫਿਟ ਪ੍ਰੋਵਾਈਡ ਕਰਤਾ। ਫਿਰ ਲੋਨ ਦੀ ਫੈਸਿਲਿਟੀ ਵਗੈਰਾ ਜੇਕਰ ਚਾਹੀਦੀ ਆ ਕਿਸੇ ਬੰਦੇ ਨੂੰ ਜਾਂ ਕਿਸੇ ਬੰਦੇ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪੈਸੇ ਜਿਹੜੇ ਟ੍ਰਾਂਸਫਰ ਕਰਨੇ ਨੇ, ਉਹ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਨੇ ਸਾਨੂੰ ਕਮਰਸ ਨੇ ਪ੍ਰੋਵਾਈਡ ਕਰਤੀਆਂ। ਦਾ ਮਤਲਬ ਇੱਥੇ ਵੀ ਫੰਕਸ਼ਨ ਜਿਹੜਾ ਵਾ ਐਕਸਚੇਂਜ ਦੇ ਵਿੱਚ ਵੀ ਫੰਕਸ਼ਨ ਅਦਾ ਕਰਦਾ ਵਾ ਕਮਰਸ। ਫਿਰ ਹਿੰਡਰੈਂਸ ਆਫ ਟਾਈਮ, ਕਹਿੰਦਾ ਹੁਣ ਕਮਰਸ ਜਿਹੜੀ ਆ ਉਹਨੇ ਹਿੰਡਰੈਂਸ ਆਫ ਟਾਈਮ ਨੂੰ ਵੀ ਰਿਮੂਵ ਕਰਤਾ, ਇਹ 'ਚ ਵੀ ਇਹਦਾ ਬਹੁਤ ਵੱਡਾ ਰੋਲ ਆ। ਕਿ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਕਿ ਆਪਾਂ ਕੋਈ ਵੀ ਗੁੱਡਸ ਦੀ ਪ੍ਰੋਡਕਸ਼ਨ ਕਰਦੇ ਹਾਂ, ਗੁੱਡਸ ਦੀ ਪ੍ਰੋਡਕਸ਼ਨ ਕਰਦੇ ਹਾਂ, ਕਈ ਇਹੋ ਜਿਹੀਆਂ ਗੁੱਡਸ ਹੁੰਦੀਆਂ ਕਿ ਜਿਹੜੀਆਂ ਪੂਰਾ ਸਾਲ ਆਪਾਂ ਯੂਜ਼ ਕਰਨੀਆਂ, ਮਗਰ ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਆ ਉਹ ਸੀਜ਼ਨ 'ਚ ਹੁੰਦੀ ਆ। ਅਤੇ ਕੁਝ ਇਹੋ ਜਿਹੀਆਂ ਗੁੱਡਸ ਹੁੰਦੀਆਂ ਨੇ ਜਿਨ੍ਹਾਂ ਦੀ ਪ੍ਰੋਡਕਸ਼ਨ ਸਿਰਫ ਸੀਜ਼ਨ 'ਚ ਹੁੰਦੀ ਆ, ਮਗਰ ਮਤਲਬ ਪੂਰਾ ਸਾਲ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਰਹਿੰਦੀ ਆ, ਮਗਰ ਯੂਜ਼ ਉਹਨਾਂ ਦਾ ਸਿਰਫ ਜਿਹੜਾ ਇੱਕ ਸੀਜ਼ਨ 'ਚ ਹੋਣਾ। ਹੁਣ ਇਸ ਕੇਸ ਦੇ ਵਿੱਚ ਗੁੱਡਸ ਨੂੰ ਜਿਹੜਾ ਵਾ ਸੰਭਾਲ ਕੇ ਵੀ ਰੱਖਣਾ ਪੈਂਦਾ ਵਾ। ਗੁੱਡਸ ਨੂੰ ਸੰਭਾਲ ਕੇ ਕਿੱਥੇ ਰੱਖਾਂਗੇ? ਜਿਸ ਤਰ੍ਹਾਂ ਹੁਣ ਚਾਵਲ ਦੀ ਜਾਂ ਕਣਕ ਦੀ ਗੱਲ ਕਰਦੇ ਹਾਂ, ਇਹ ਹੁਣ ਇੱਕ ਸੀਜ਼ਨ ਦੇ ਵਿੱਚ ਇਹਨਾਂ ਦੀ ਪ੍ਰੋਡਕਸ਼ਨ ਹੁੰਦੀ, ਮਗਰ ਖਾਂਦੇ ਆਪਾਂ ਇਹਨਾਂ ਨੂੰ ਪੂਰਾ ਸਾਲ ਆ। ਹੁਣ ਇਹਨਾਂ ਨੂੰ ਫਿਰ ਸੰਭਾਲ ਕੇ ਰੱਖਣਾ, ਸੰਭਾਲ ਕੇ ਕਿੱਥੇ ਰੱਖਾਂਗੇ ਆਪਾਂ ਇਹਨਾਂ ਨੂੰ? ਵੇਅਰ ਹਾਊਸ ਦੇ ਵਿੱਚ ਸੰਭਾਲ ਕੇ ਰੱਖਾਂਗੇ, ਕਿਉਂਕਿ ਜਿਹੜੀ ਟਾਈਮ ਦੀ ਹਿੰਡਰੈਂਸ ਆ, ਟਾਈਮ ਦੀ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਸਮਾਂ ਆਵੇ ਉਹਨੂੰ ਆਪਾਂ ਯੂਜ਼ ਕਰ ਸਕੀਏ, ਅਤੇ ਉਹਦੇ ਵਾਸਤੇ ਫਿਰ ਸੰਭਾਲ ਕੇ ਰੱਖਣ ਵਾਸਤੇ ਆਪਾਂ ਨੂੰ ਵੇਅਰ ਹਾਊਸ ਦੇ ਵਿੱਚ ਜਿਹੜਾ ਉਹਨੂੰ ਸੰਭਾਲ ਕੇ ਜਿਹੜਾ ਉਹ ਰੱਖ ਸਕਦੇ। ਇਹਦਾ ਮਤਲਬ ਜਿਹੜਾ ਕਮਰਸ ਆ ਉਹ ਵੇਅਰ ਹਾਊਸ ਦਾ ਫੰਕਸ਼ਨ ਵੀ ਪ੍ਰੋਵਾਈਡ ਕਰਦੀ ਆ ਤਾਂ ਕਿ ਗੁੜ ਜਿਹੜੀ ਆ ਈਜ਼ਲੀ ਆਪਾਂ ਸੰਭਾਲ ਕੇ ਰੱਖ ਸਕੀਏ। ਵੇਅਰ ਹਾਊਸ ਦੇ ਵਿੱਚ ਜਿਹੜਾ ਪ੍ਰੋਡਕਸ਼ਨ ਅਤੇ ਕੰਜ਼ਮਪਸ਼ਨ ਦਾ ਗੈਪ ਆ, ਕਿ ਜਿਹੜੀ ਸੀਜ਼ਨ 'ਚ ਪ੍ਰੋਡਕਸ਼ਨ ਹੋਣੀ ਆ ਪੂਰਾ ਸਾਲ ਆਪਾਂ ਕੰਜ਼ਿਊਮ ਕਰਨੀ, ਉਸ ਗੈਪ ਨੂੰ ਖਤਮ ਕਰਨ ਦੇ ਵਿੱਚ ਮਦਦ ਕਰਦੀ ਆ ਕਮਰਸ। ਕਿ ਜਦੋਂ ਵੀ ਸਾਨੂੰ ਜ਼ਰੂਰਤ ਪਵੇਗੀ ਆਪਾਂ ਉਹ ਜਿੱਥੇ ਵੇਅਰ ਹਾਊਸ 'ਚ ਗੁੜਜ਼ ਨੂੰ ਸੰਭਾਲ ਕੇ ਰੱਖਿਆ, ਆਪਾਂ ਉਹਦੇ ਵਿੱਚੋਂ ਗੁੜਜ਼ ਲੈ ਕੇ ਆਪਣੀਆਂ ਜਿਹੜਾ ਵਾ ਉਹਨੂੰ ਜ਼ਰੂਰਤਾਂ ਜਿਹੜੀਆਂ ਪੂਰੀਆਂ ਕਰ ਸਕਦੇ ਹਾਂ। ਹੁਣ ਵੇਅਰ ਹਾਊਸ ਦੀ ਪ੍ਰੋਬਲਮ ਨੂੰ ਦੂਰ ਕਰਦੀ ਪਈ ਆ ਕਮਰਸ। ਫਿਰ ਉਸ ਤੋਂ ਬਾਅਦ ਗੁੱਡਜ਼ ਨੂੰ ਸੰਭਾਲ ਕੇ ਰੱਖਣਾ ਅਤੇ ਟਾਈਮ ਦੀ ਜ਼ਰੂਰਤ ਨੂੰ ਮਤਲਬ ਰੁਕਾਵਟ ਨੂੰ ਪੂਰਾ ਕਰਦੀ ਪਈ ਆ ਕਮਰਸ। ਫਿਰ ਅੱਗੇ ਹੈਗਾ ਹਿੰਡਰੈਂਸ ਆਫ ਰਿਸਕ। ਹੁਣ ਗੁੱਡਜ਼ ਨੂੰ ਆਪਾਂ ਬਣਾ ਲਿਆ, ਪ੍ਰੋਡਕਸ਼ਨ ਕਰ ਲਈ, ਉਹਨਾਂ ਨੂੰ ਆਪਾਂ ਵੇਅਰ ਹਾਊਸ ਦੇ ਵਿੱਚ ਸੰਭਾਲ ਕੇ ਵੀ ਰੱਖ ਲਿਆ ਟਾਈਮ ਜਿਹੜਾ ਵਾ ਸੇਵ ਕਰਨ ਵਾਸਤੇ, ਜਾਂ ਟਾਈਮ ਨੂੰ ਧਿਆਨ 'ਚ ਰੱਖਦੇ ਹੋਏ ਕਿ ਆਪਾਂ ਜੇ ਕੱਲ੍ਹ ਨੂੰ ਜ਼ਰੂਰਤ ਪੈਂਦੀ ਤਾਂ ਆਪਾਂ ਜੋ ਗੁੱਡਜ਼ ਕੱਢ ਕੇ ਵਰਤ ਲਈਏ, ਯੂਜ਼ ਕਰ ਲਈਏ। ਮਗਰ ਜਿਹੜਾ ਹੁਣ ਗੁੱਡਜ਼ ਪਈਆਂ ਨੇ, ਪਈਆਂ ਪਈਆਂ ਗੁੱਡਜ਼ ਖਰਾਬ ਵੀ ਹੋ ਸਕਦੀਆਂ ਹੈ, ਉਹਨਾਂ ਦੀ ਕੋਈ ਹਰ ਇੱਕ ਗੁੱਡਜ਼ ਦੀ ਕੋਈ ਲਾਈਫ ਹੁੰਦੀ ਆ, ਉਹ ਲਾਈਫ ਜਿਹੜੀ ਆ ਉਹ ਜਦੋਂ ਐਕਸਪਾਇਰ ਹੋ ਗਈ ਜਾਂ ਗੁੱਡਜ਼ ਜਿਹੜੀਆਂ ਪਈਆਂ ਪਈਆਂ ਜੇਕਰ ਆਪਾਂ ਸੰਭਾਲ ਕੇ ਰੱਖੀਆਂ ਉਹ ਖਰਾਬ ਹੁੰਦੀਆਂ ਵਾ, ਅਤੇ ਉਹਦੇ ਕਰਕੇ ਕੀ ਹੁੰਦਾ ਵਾ ਕਿ ਜਿਹੜਾ ਮੈਨੂਫੈਕਚਰ ਆ ਜਾਂ ਹੋਲਸੇਲਰ ਆ ਜਾਂ ਜਿੰਨੇ ਵੀ ਗੁੱਡਜ਼ ਜਿਹੜੀਆਂ ਵਾ ਉਹ ਸੰਭਾਲ ਕੇ ਰੱਖੀਆਂ ਨੇ, ਉਹਦਾ ਨੁਕਸਾਨ ਹੋ ਸਕਦਾ। ਅਤੇ ਕਮਰਸ ਜਿਹੜੀ ਆ ਉਸ ਗੁੱਡਜ਼ ਨੂੰ ਬਚਾਉਣ ਵਾਸਤੇ, ਨੁਕਸਾਨ ਤੋਂ ਮਤਲਬ ਪੂਰਤੀ ਕਰਨ ਵਾਸਤੇ ਸਾਨੂੰ ਇੰਸ਼ੋਰੈਂਸ ਜਿਹੜੀ ਆ ਉਹਦਾ ਬੈਨੀਫਿਟ ਪ੍ਰੋਵਾਈਡ ਕਰਦੀ ਹੈ, ਉਹ ਰੋਲ ਅਦਾ ਜਿਹੜਾ ਵਾ ਉਹ ਕਰਦੀ ਹੈ, ਜਿਹਦੇ ਵਿੱਚ ਕਿ ਜਿੰਨਾ ਵੀ ਰਿਸਕ ਹੈਗਾ ਗੁੱਡਜ਼ ਨੂੰ ਟ੍ਰਾਂਜ਼ਿਟ ਦੇ ਵਿੱਚ ਇੱਕ ਜਗ੍ਹਾ ਦੂਸਰੀ ਜਗ੍ਹਾ ਲੈ ਕੇ ਜਾਣ 'ਚ, ਸਟੋਰੇਜ 'ਚ ਅੱਗ ਲੱਗਣ ਦਾ ਡਰ, ਡੈਮੇਜ, ਉਹ ਸਾਰੀਆਂ ਚੀਜ਼ਾਂ ਤੋਂ ਕਮਰਸ ਜਿਹੜੀ ਹੈ ਸਾਨੂੰ ਉਹ ਬਚਾਉਂਦੀ ਆ। ਇਸ ਕਰਕੇ ਆਪਾਂ ਕਹਿ ਸਕਦੇ ਕਮਰਸ ਜਿਹੜਾ ਵਾ ਉਹ ਕਮਰਸ ਜਿਹੜੀ ਆ ਉਹ ਰਿਮੂਵਿੰਗ ਦਾ ਹਿੰਡਰੈਂਸ ਆਫ ਰਿਸਕ ਜਿਹੜਾ ਵਾ ਉਹਦੇ 'ਚ ਵੀ ਮਦਦ ਜਿਹੜੀ ਆ ਉਹ ਕਰਦੀ। ਫਿਰ ਰਿਮੂਵਿੰਗ ਦਾ ਹਿੰਡਰੈਂਸ ਆਫ ਨੌਲੇਜ, ਹਿੰਡਰੈਂਸ ਆਫ ਨੌਲੇਜ ਦਾ ਮਤਲਬ ਹੈਗਾ ਵਾ ਕਿ ਹੁਣ ਗੁੱਡਸ ਆਪਾਂ ਪ੍ਰੋਡਿਊਸ ਕਰ ਲਈਆਂ, ਬਣਾ ਲਈਆਂ, ਸੰਭਾਲ ਲਈਆਂ, ਮਗਰ ਉਹਨਾਂ ਚਿਰ ਤੱਕ ਗੁੱਡਸ ਜਿਹੜੀਆਂ ਵਾ ਉਹਨਾਂ ਨੂੰ ਕੋਈ ਵੀ ਬੈਨੀਫਿਟ ਨਹੀਂ ਆ, ਜਿੰਨਾ ਚਿਰ ਤੱਕ ਗੁੱਡਸ ਜਿਹੜੀਆਂ ਕੰਜ਼ਿਊਮਰ ਉਹਨੂੰ ਯੂਜ਼ ਨਹੀਂ ਕਰਦਾ। ਕਿਉਂਕਿ ਆਪਾਂ ਫਾਈਨਲ ਗੁੱਡਸ ਜਿਹੜੀਆਂ ਕੰਜ਼ਿਊਮਰ ਯੂਜ਼ ਨਾ ਕਰੇਗਾ ਤਾਂ ਫਿਰ ਬਿਜ਼ਨਸ ਕਰਨ ਦਾ ਕੀ ਫਾਇਦਾ? ਤਾਂ ਉਹ ਵਾਸਤੇ ਜਿਹੜੀਆਂ ਗੁੱਡਸ ਨੇ ਉਹ ਜਦੋਂ ਕੰਜ਼ਿਊਮਰ ਤੱਕ ਪਹੁੰਚਦੀਆਂ ਨੇ ਪਈਆਂ ਤਾਂ ਉਹਦਾ ਬੈਨੀਫਿਟ ਕੋਈ ਨਹੀਂ। ਕਮਰਸ
ਜਿਹੜੇ ਕੰਜ਼ੂਮਰ ਈਜ਼ੀਲੀ ਉਹ ਗੁੱਡਸ ਨੂੰ ਸਮਝ ਸਕਣ, ਉਹਨਾਂ ਨੂੰ ਖਰੀਦਣ, ਉਹਨਾਂ ਨੂੰ ਯੂਜ਼ ਜਿਹੜਾ ਉਹ ਕਰ ਸਕਣ। ਇਹਦਾ ਮਤਲਬ ਕਮਰਸ ਜਿਹੜੀ ਇੱਕ ਐਡਵਰਟਾਈਜ਼ਮੈਂਟ ਦਾ ਕੰਮ ਵੀ ਕਰਦਾ ਵਾ, ਨਵੇਂ ਨਵੇਂ ਪ੍ਰੋਡਕਟਸ ਨੂੰ ਲਾਂਚ ਕਰਨਾ, ਕਿਸ ਤਰ੍ਹਾਂ ਕੰਜ਼ੂਮਰ ਨੂੰ ਡੈਮੋ ਦੇਣੀ, ਉਹਦੇ ਵਿੱਚ ਸਾਰਿਆਂ ਦੇ ਵਿੱਚ ਮਦਦ ਕਰਦਾ ਵਾ ਕਮਰਸ। ਉਹਦਾ ਮਤਲਬ ਹਿੰਡਰੈਂਸ ਆਫ ਨੌਲੇਜ ਜਿਹੜੀ ਆ ਕਿ ਪ੍ਰੋਡਕਟ ਜਿਹੜੇ ਕਿਹੜੇ ਕਿਹੜੇ ਮਾਰਕੀਟ 'ਚ ਅਵੇਲੇਬਲ ਨੇ, ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਨਾ, ਉਹਦੀ ਪ੍ਰੋਬਲਮ ਨੂੰ ਦੂਰ ਕਰਦਾ ਵਾ ਕਮਰਸ। ਉਸ ਤੋਂ ਬਾਅਦ ਬੁੱਤ ਤੁਹਾਡੇ ਕੋਲ ਆ ਜਾਂਦਾ ਵਾ ਕਲਾਸੀਫਿਕੇਸ਼ਨ ਐਂਡ ਕੰਪੋਨੈਂਟਸ ਆਫ ਕਮਰਸ। ਕਲਾਸੀਫਿਕੇਸ਼ਨ ਐਂਡ ਕੰਪੋਨੈਂਟ ਆਫ ਕਮਰਸ ਜਿਹੜਾ ਵਾ ਉਹਨੂੰ ਦੋ ਕੈਟਾਗਰੀ ਦੇ ਵਿੱਚ ਆਪਾਂ ਡਿਵਾਈਡ ਕਰਦੇ, ਇੱਕ ਹੁੰਦਾ ਟ੍ਰੇਡ ਅਤੇ ਇੱਕ ਹੁੰਦਾ ਏਟ ਟੂ ਟ੍ਰੇਡ। ਆਪਾਂ ਪੜ੍ਹਿਆ ਸੀ ਕਿ ਜਿਹੜੀ ਕਮਰਸ ਆ ਉਹਨੂੰ ਦੋ ਜਿੰਨੀਆਂ ਵੀ ਐਕਟੀਵਿਟੀਜ਼ ਨੇ ਜੋ ਕਿ ਮੈਨੂਫੈਕਚਰ ਤੋਂ ਲੈ ਕੇ ਟਿਲ ਕੰਜ਼ੂਮਰ ਫਾਈਨਲ ਕੰਜ਼ਮਸ਼ਨ ਤੱਕ ਆਉਂਦੀਆਂ, ਸਾਰੀਆਂ ਇਹ 'ਚ ਆਉਂਦੀਆਂ ਨੇ, ਅਤੇ ਆਪਾਂ ਉਹ ਸਾਰੀਆਂ ਐਕਟੀਵਿਟੀਜ਼ ਨੂੰ ਦੋ ਹਿੱਸਿਆਂ 'ਚ ਵੰਡਦੇ ਹਾਂ, ਇੱਕ ਹੁੰਦਾ ਟ੍ਰੇਡ ਅਤੇ ਇੱਕ ਏਟ ਟੂ ਟ੍ਰੇਡ ਜਾਂ ਔਗਜ਼ਿਲਰੀਸ। ਉਹੀ ਆਪਾਂ ਗੱਲ ਕਰਦੇ ਵੀ ਕੰਪੋਨੈਂਟ ਆਫ ਕਮਰਸ ਕਿ ਟ੍ਰੇਡ ਅਤੇ ਏਟਸ ਟੂ ਟ੍ਰੇਡ। ਟ੍ਰੇਡ ਦਾ ਮਤਲਬ ਹੁੰਦਾ ਵਾ ਪਰਚੇਜ ਐਂਡ ਸੇਲ ਆਫ ਗੁੱਡਸ ਐਂਡ ਸਰਵਿਸਿਜ ਇਜ਼ ਕਾਲਡ ਟ੍ਰੇਡ, ਕਿ ਗੁੱਡਸ ਨੂੰ ਖਰੀਦਣਾ ਜਾਂ ਵੇਚਣਾ ਜਾਂ ਸਰਵਿਸਿਜ ਦੇਣੀਆਂ ਉਹਦੇ ਬਦਲੇ, ਉਹਨੂੰ ਆਪਾਂ ਕਹਿੰਦੇ ਹਾਂ ਟ੍ਰੇਡ। ਇੱਕ ਅਸੈਂਸ਼ੀਅਲ ਪਾਰਟ ਆ ਕਮਰਸ ਦਾ, ਕਿਉਂਕਿ ਜਿਹੜੀਆਂ ਗੁੱਡਸ ਨੇ ਉਹ ਟ੍ਰਾਂਸਫਰ ਕੀਤੀਆਂ ਜਾਂਦੀਆਂ ਪ੍ਰੋਡਿਊਸਰ ਟੂ ਕੰਜ਼ੂਮਰ। ਕਹਿੰਦਾ ਫਿਰ ਇਨ ਦੀਜ਼ ਡੇਜ਼ ਗੁੱਡਸ ਆਰ ਪ੍ਰੋਡਿਊਸ ਔਨ ਲਾਰਜ ਸਕੇਲ, ਗੁੱਡਸ ਨੂੰ ਲਾਰਜ ਸਕੇਲ ਦੇ ਉੱਤੇ ਆਪਾਂ ਜਿਹੜਾ ਵਾ ਪ੍ਰੋਡਿਊਸ ਕਰਦੇ ਹਾਂ, ਐਂਡ ਇਟ ਵਿਲ ਨੋਟ ਬੀ ਪੋਸੀਬਲ ਫੋਰ ਪ੍ਰੋਡਿਊਸਰ ਟੂ ਕੰਟੈਕਟ ਕੰਜ਼ੂਮਰ ਫੋਰ ਸੇਲ ਆਫ ਗੁੱਡਸ, ਅਤੇ ਈਜ਼ਲੀ ਜਿਹੜਾ ਵਾ ਕੋਈ ਵੀ ਮੈਨੂਫੈਕਚਰ ਡਾਇਰੈਕਟਲੀ ਕੰਜ਼ੂਮਰ ਨਾਲ ਡੀਲ ਜਿਹੜਾ ਉਹ ਨਹੀਂ ਕਰ ਸਕਦਾ, ਅਤੇ ਉਹ ਡੀਲ ਜਿਹੜੀ ਕਰਨ ਵਿੱਚ ਮਦਦ ਕਰਦਾ ਵਾ ਹੋਲਸੇਲਰ ਅਤੇ ਰਿਟੇਲਰ। ਅਤੇ ਹੋਲਸੇਲਰ ਰਿਟੇਲਰ ਜਿਹੜੇ ਆ ਉਹ ਟ੍ਰੇਡ ਦੇ ਨਾਲ ਰਿਲੇਟਡ ਜਿਹੜੇ ਆ ਉਹ ਆ ਜਾਂਦੇ ਨੇ, ਮਿਡਲ ਮੈਨ ਦਾ ਕੰਮ ਜਿਹੜਾ ਉਹ ਕਰਦੇ ਨੇ। ਫਿਰ ਟ੍ਰੇਡ ਜਿਹੜਾ ਵਾ ਉਹਨੂੰ ਆਪਾਂ ਡਿਵਾਈਡ ਕਰਦੇ ਹਾਂ ਦੋ ਤਰੀਕੇ ਨਾਲ, ਇੰਟਰਨਲ ਅਤੇ ਐਕਸਟਰਨਲ। ਇੰਟਰਨਲ ਟ੍ਰੇਡ, ਇੰਟਰਨਲ ਟ੍ਰੇਡ ਦਾ ਮਤਲਬ ਹੁੰਦਾ ਵਾ ਕਿ ਜਿਹੜਾ ਇੱਕ ਦੇਸ਼ ਦੇ ਵਿੱਚ ਰਹਿ ਕੇ, ਇੱਕ ਬਾਉਂਡਰੀ ਦੇ ਵਿੱਚ ਰਹਿ ਕੇ, ਦੇਸ਼ ਦੀ ਜਿਹੜੀ ਜੀਓਗ੍ਰਾਫੀਕਲ ਬਾਉਂਡਰੀ ਆ ਉਹਦੇ ਵਿੱਚ ਰਹਿ ਕੇ ਜਿਹੜਾ ਡੀਲ ਕੀਤੀ ਜਾਂਦੀ ਉਹਨੂੰ ਆਪਾਂ ਕਹਿੰਦੇ ਹਾਂ ਇੰਟਰਨਲ ਟ੍ਰੇਡ। ਇੰਟਰਨਲ ਟ੍ਰੇਡ ਮਤਲਬ ਇੱਕ ਦੇਸ਼, ਜਿਸ ਤਰ੍ਹਾਂ ਇੰਡੀਆ ਦੀ ਜਿਹੜੀਆਂ ਬਾਰਡਰ ਆ, ਸਾਰੀਆਂ ਇੰਡੀਆ ਦੀ ਜਿਹੜੀ ਬਾਉਂਡਰੀ ਆ ਉਹਦੇ ਵਿੱਚ ਰਹਿ ਕੇ ਜੋ ਵੀ ਆਪਾਂ ਵਪਾਰ ਕਰਦੇ ਪਏ ਹਾਂ ਆਪਣੇ ਦੇਸ਼ ਦੇ ਵਿੱਚ, ਉਹਨੂੰ ਆਪਾਂ ਕਹਿੰਦੇ ਹਾਂ ਇੰਟਰਨਲ ਟ੍ਰੇਡ। ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਲੋਕਲ ਟ੍ਰੇਡ। ਲੋਕਲ ਟ੍ਰੇਡ ਦਾ ਮਤਲਬ ਆ ਜਾਂਦਾ ਜਿੱਦਾਂ ਲੋਕੈਲਿਟੀ, ਕੋਈ ਏਰੀਆਜ਼, ਪਰਟੀਕੁਲਰ ਏਰੀਆ, ਲਿਮਿਟਿਡ ਏਰੀਆ, ਉਹਨਾਂ ਦੇ ਵਿੱਚ ਜਿਹੜੀ ਚੀਜ਼ ਦੀ ਵੇਚ ਖਰੀਦ ਕੀਤੀ ਜਾ ਰਹੀ ਆ ਉਹਨੂੰ ਆਪਾਂ ਲੋਕਲ ਟ੍ਰੇਡ ਜਿਹੜਾ ਉਹ ਕਹਿੰਦੇ। ਜਿੱਦਾਂ ਆਪਾਂ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਕੋਈ ਗੁੜ 'ਚ ਬਣ ਰਹੀਆਂ ਅਤੇ ਅੰਮ੍ਰਿਤਸਰ 'ਚ ਹੀ ਵਿਕ ਰਹੀਆਂ, ਉਹ ਲੋਕਲ ਟ੍ਰੇਡ ਦੇ ਨਾਲ ਰਿਲੇਟਡ ਜਿਹੜੀਆਂ ਉਹ ਆ ਜਾਂਦੀਆਂ ਵਾ ਕਿ ਉੱਥੇ ਪ੍ਰੋਡਿਊਸਰ ਹੋਏਗਾ, ਉੱਥੇ ਕੰਜ਼ੂਮਰ ਹੋਣ, ਜੋ ਵੀ ਆਪਾਂ ਚੀਜ਼ਾਂ ਖਾਣ ਪੀਣ ਦੀਆਂ ਲੈ ਰਹੇ ਹਾਂ ਜਾਂ ਜੋ ਵੀ ਆਪਾਂ ਖਾਂਦੇ ਹਾਂ ਉਹ ਉਹੀ ਉੱਥੇ ਉਹ ਬੰਦਾ ਪ੍ਰੋਡਿਊਸ ਕਰਦਾ ਪਿਆ, ਉੱਥੇ ਹੀ ਆਪਾਂ ਉਹਨੂੰ ਯੂਜ਼ ਕਰੀ ਜਾਂਦੇ, ਉਹਨੂੰ ਆਪਾਂ ਕਹਿੰਦੇ ਹਾਂ ਲੋਕਲ ਟ੍ਰੇਡ, ਇਹਨੂੰ ਆਪਾਂ ਕਹਿੰਦੇ ਹਾਂ ਲੋਕਲ ਟ੍ਰੇਡ। ਉਸ ਤੋਂ ਬਾਅਦ ਲੋਕਲ ਟ੍ਰੇਡ ਤੋਂ ਬਾਅਦ ਬਹੁਤ ਆ ਜਾਂਦਾ ਵਾ ਜਿੱਦਾਂ ਆਪਾਂ ਗੱਲ ਕੀਤੀ ਆ ਕਿ ਪੈਰੀਸ਼ੇਬਲ ਗੁੱਡਸ ਨੇ, ਵੈਜੀਟੇਬਲ ਆ, ਮਿਲਕ ਆ, ਬ੍ਰੈਡ ਆ, ਇਹ ਲੋਕਲ ਟ੍ਰੇਡ 'ਚ ਆਉਂਦਾ। ਫਿਰ ਪ੍ਰੋਵਿੰਸ਼ੀਅਲ ਔਰ ਸਟੇਟ ਟ੍ਰੇਡ, ਸਟੇਟ ਟ੍ਰੇਡ ਦਾ ਮਤਲਬ ਹੁੰਦਾ ਕਿ ਜਿਹੜੀਆਂ ਗੁੱਡਸ ਇੱਕ ਸਟੇਟ ਦੇ ਵਿੱਚ ਹੀ ਪ੍ਰੋਡਿਊਸ ਕੀਤੀਆਂ ਜਾਂਦੀਆਂ, ਸਟੇਟ ਦੇ ਵਿੱਚ ਹੀ ਉਹਨਾਂ ਨੂੰ ਯੂਜ਼ ਕਰਨਾ, ਦੂਸਰੀ ਸਟੇਟ 'ਚ ਉਹਨਾਂ ਨੂੰ ਆਪਾਂ ਲੈ ਕੇ ਯੂਜ਼ ਨਹੀਂ ਕਰ ਸਕਦੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸਟੇਟ ਟ੍ਰੇਡ। ਤੁਸੀਂ ਵੇਖੋ ਜਿਸ ਤਰ੍ਹਾਂ ਆਪਾਂ ਲਿਕੁਅਰ ਦੀ ਗੱਲ ਕਰਦੇ ਹਾਂ, ਸ਼ਰਾਬ ਦੀ ਗੱਲ ਕਰਦੇ ਹਾਂ, ਉੱਥੇ ਲਿਖਿਆ ਹੁੰਦਾ ਨਾ ਫੋਰ ਸੇਲ ਇਨ ਹਰਿਆਣਾ ਓਨਲੀ, ਫੋਰ ਸੇਲ ਇਨ ਚੰਡੀਗੜ੍ਹ ਓਨਲੀ, ਫੋਰ ਸੇਲ ਪੰਜਾਬ ਓਨਲੀ, ਅਤੇ ਇਹ ਕੀ ਆ ਕਿ ਸਟੇਟ ਦੇ ਵਿੱਚ ਹੀ ਬਣਦੀਆਂ ਪਈਆਂ ਵਾ, ਅਤੇ ਸਟੇਟ ਦੇ ਵਿੱਚ ਹੀ ਇਹਨਾਂ ਗੁੱਡਸ ਨੂੰ ਜਿਹੜਾ ਆਪਾਂ ਯੂਜ਼ ਕਰਦੇ ਹਾਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸੋ ਸਟੇਟ ਟ੍ਰੇਡ। ਇੱਕ ਸਟੇਟ ਦੀ ਬਾਉਂਡਰੀ ਦੇ ਵਿੱਚ ਰਹਿ ਕੇ ਹੀ ਉਹ ਗੁੱਡਸ ਨੂੰ ਆਪਾਂ ਜਿਹੜਾ ਵਾ ਉਹ ਬਣਾਉਣਾ ਅਤੇ ਉਹਨਾਂ ਵਿੱਚ ਹੀ ਆਪਾਂ ਨੂੰ ਉਹਨਾਂ ਨੂੰ ਸੇਲ ਕਰਨਾ, ਉਹਨੂੰ ਕਹਿੰਦੇ ਨੇ ਸਟੇਟ ਟ੍ਰੇਡ। ਫਿਰ ਇੰਟਰਸਟੇਟ ਟ੍ਰੇਡ ਦਾ, ਇੰਟਰਸਟੇਟ ਦਾ ਮਤਲਬ ਆ ਕਿ ਦੋ ਸਟੇਟਾਂ ਦੇ ਵਿੱਚ ਆਪਸ ਦੇ ਵਿੱਚ ਗੁੱਡਸ ਜਿਹੜੀਆਂ ਵਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਪਾਂ ਟ੍ਰਾਂਸਫਰ ਕਰਦੇ ਹਾਂ, ਮਗਰ ਰਹਿਣਾ ਕਾਹਦੇ 'ਚ ਆ, ਇੱਕ ਦੇਸ਼ ਦੀ ਬਾਉਂਡਰੀ ਦੇ ਅੰਦਰ ਅੰਦਰ, ਉਹਨੂੰ ਆਪਾਂ ਕਹਿੰਦੇ ਹਾਂ ਇੰਟਰਨਲ ਟ੍ਰੇਡ ਅਤੇ ਇੰਟਰਸਟੇਟ ਟ੍ਰੇਡ। ਕਿ ਦੋ ਸਟੇਟਾਂ ਵਿੱਚ ਡੀਲ ਤਾਂ ਹੁੰਦੀ ਪਈ ਆ ਮਗਰ ਦੋਵੇਂ ਸਟੇਟਾਂ ਆਉਂਦੀਆਂ ਤਾਂ ਦੇਸ਼ ਦੇ ਵਿੱਚ ਹੀ ਪਈਆਂ, ਉਹਨੂੰ ਆਪਾਂ ਕਹਿੰਦੇ ਹਾਂ ਇੰਟਰਸਟੇਟ ਟ੍ਰੇਡ। ਜਿਸ ਤਰ੍ਹਾਂ ਆਪਾਂ ਗੱਲ ਕਰਦੇ ਵੇਰੀਅਸ ਕਾਈਂਡ ਆਫ ਟੈਕਸਟਾਈਲ, ਕੱਪੜਾ ਵਗੈਰਾ ਵਾ, ਕੈਰੋਸੀਨ ਆਇਲ ਆ, ਡੀਜ਼ਲ ਆ, ਪੈਟਰੋਲ ਆ, ਆਇਰਨ ਆ, ਇਹ ਸਾਰੀਆਂ ਇੰਟਰਸਟੇਟ ਬੇਸਿਸ ਜਿਹੜੀਆਂ ਉਹ ਚੱਲਦੀਆਂ। ਫਿਰ ਉਸ ਤੋਂ ਜਿਸ ਤਰ੍ਹਾਂ ਹੁਣ ਆਪਾਂ ਕਹਿੰਦੇ ਟਾਟਾ ਸਟੀਲ ਦਾ ਪਲਾਂਟ ਜਮਸ਼ੇਦਪੁਰ 'ਚ ਆ, ਅਤੇ ਜਮਸ਼ੇਦਪੁਰ ਟਾਟਾ ਜਿਹੜਾ ਉਹਨਾਂ ਨੇ ਲਾਇਆ ਸੀ 1905 ਦੇ ਵਿੱਚ, ਅਤੇ ਉਹ ਜਮਸ਼ੇਦਪੁਰ ਦੇ ਜਿਹੜਾ ਪਲਾਂਟ ਲੱਗਾ ਪੂਰੇ ਇੰਡੀਆ, ਉਹ ਹੁਣ ਬਿਹਾਰ ਦੇ ਵਿੱਚ ਆ, ਹੁਣ ਬਿਹਾਰ ਤੋਂ ਜਿਹੜਾ ਵਾ ਦੂਜੀਆਂ ਸਟੇਟਾਂ 'ਚ ਵੀ ਤਾਂ ਸਟੀਲ ਜਾ ਹੀ ਰਿਹਾ ਵਾ, ਲੋਹਾ ਜਾ ਹੀ ਰਿਹਾ ਵਾ, ਅਤੇ ਇਹਦਾ ਮਤਲਬ ਉਹ ਇੰਟਰਸਟੇਟ ਦਾ ਕੰਮ ਜਿਹੜਾ ਉਹ ਕਰਦਾ, ਮਗਰ ਕਰਦੇ ਦੇਸ਼ ਦੇ ਵਿੱਚ ਪਏ। ਫਿਰ ਉਸ ਤੋਂ ਬਾਅਦ ਆ ਗਿਆ ਹੋਲਸੇਲ ਟ੍ਰੇਡ। ਹੋਲਸੇਲ ਟ੍ਰੇਡ ਦਾ ਮਤਲਬ ਆ ਜਾਂਦਾ ਵਾ ਤੁਹਾਡਾ ਕਿ ਜਿਹਦੇ ਵਿੱਚ ਲਾਰਜ ਕੁਆਂਟਿਟੀ ਆਫ ਗੁੱਡਸ ਨੂੰ ਪਰਚੇਸ ਕਰਦਾ ਵਾ ਹੋਲਸੇਲਰ ਮੈਨੂਫੈਕਚਰ ਕੋਲੋਂ, ਅਤੇ ਰਿਟੇਲਰ ਨੂੰ ਜਿਹੜਾ ਵਾ ਉਹ ਸੇਲ ਕਰ ਦਿੰਦਾ ਵਾ ਛੋਟੀਆਂ ਛੋਟੀਆਂ ਕੁਆਂਟਿਟੀ ਦੇ ਵਿੱਚ, ਉਹਨੂੰ ਕਹਿੰਦੇ ਨੇ ਹੋਲਸੇਲ ਟ੍ਰੇਡ। ਇਹ ਲਿੰਕ ਕਰਦਾ ਵਾ ਪ੍ਰੋਡਿਊਸਰ ਅਤੇ ਰਿਟੇਲਰ ਦੇ ਵਿੱਚ, ਕਿਉਂਕਿ ਹੋਲਸੇਲਰ ਨੇ ਪ੍ਰੋਡਿਊਸਰ ਕੋਲੋਂ ਲਾਰਜ ਕੁਆਂਟਿਟੀ 'ਚ ਗੁੱਡਸ ਖਰੀਦ ਕੇ ਅਤੇ ਰਿਟੇਲਰ ਨੂੰ ਅੱਗੇ ਥੋੜ੍ਹੀਆਂ ਥੋੜ੍ਹੀਆਂ ਕੁਆਂਟਿਟੀ ਦੇ ਵਿੱਚ ਗੁੱਡ ਜਿਹੜੀਆਂ ਉਹ
ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਚੀਨੀ ਆ, ਤਾਂ ਚੀਨੀ ਦਾ ਆਪਾਂ ਕਹਿੰਦੇ ਹੋਲਸੇਲ ਕਿੱਥੇ ਆ ਜੀ? ਆਪਾਂ ਕਹਿੰਦੇ ਹਾਂ ਜੀ ਅੰਮ੍ਰਿਤਸਰ ਦੇ ਵਿੱਚ ਆਹ ਜਗ੍ਹਾ ਦੇ ਉੱਤੇ ਆ, ਅਤੇ ਆਪਾਂ ਉੱਥੋਂ ਚੀਨੀ ਜਿਹੜੀ ਹੋਲਸੇਲ ਦੇ ਉੱਤੇ ਲੈਂਦੇ ਹਾਂ। ਜੇ ਆਪਾਂ ਗੱਲ ਕਰਦੇ ਹਾਂ ਜੀ ਖਾਣ ਪੀਣ ਦੀਆਂ ਵਸਤੂਆਂ ਦੀ, ਕਿ ਇਹਦਾ ਹੋਲਸੇਲਰ ਕੋਲ ਨਾ ਜੀ ਇੱਕੋ ਮੈਂ ਇੱਕੋ ਇਹਨਾਂ ਦੀ ਜਿਹੜੀ ਆ ਫਰੈਂਚਾਈਜ਼ੀ ਆ ਇਹਨਾਂ ਕੋਲ, ਇਹਨਾਂ ਦੀ ਜਿਹੜਾ ਵਾ ਇਹਨਾਂ ਨੇ ਕੰਪਨੀ ਨਾਲ ਸਿੱਧਾ ਡੀਲ ਕੀਤਾ ਹੋਇਆ ਵਾ ਹੋਲਸੇਲਰ, ਇਹਨਾਂ ਦੇ ਥਰੂ ਹੀ ਚੀਜ਼ ਮਿਲਣੀ ਹੈ। ਅਤੇ ਉਹ ਆਪਾਂ ਉਹਨਾਂ ਨੂੰ ਕਹਿ ਦਿੰਦੇ ਹੋਲਸੇਲ ਟ੍ਰੇਡ, ਇੱਕ ਦੇਸ਼ 'ਚ ਰਹਿ ਕੇ ਜਿਹੜਾ ਪਰਟੀਕੁਲਰ ਮਤਲਬ ਤੁਹਾਡੀ ਜਿਹੜੀਆਂ ਪ੍ਰੋਡਕਟਸ ਨੇ ਉਹਨਾਂ ਨਾਲ ਡੀਲ ਕਰਦਾ ਵਾ, ਲਾਰਜ ਕੁਆਂਟਿਟੀ ਡੀਲ ਕਰਦਾ ਵਾ, ਇਕੱਠਾ ਮਾਲ ਮੈਨੂਫੈਕਚਰ ਕੋਲ ਖਰੀਦ ਕੇ ਅਤੇ ਜਿਹੜਾ ਰਿਟੇਲਰ ਨੂੰ ਅੱਗੇ ਪ੍ਰੋਵਾਈਡ ਕਰਦਾ, ਉਹਨੂੰ ਆਪਾਂ ਕਹਿੰਦੇ ਹਾਂ ਹੋਲਸੇਲ ਟ੍ਰੇਡ। ਅੱਗੇ ਆਉਂਦਾ ਰਿਟੇਲ ਟ੍ਰੇਡ, ਰਿਟੇਲ ਦਾ ਮਤਲਬ ਹੁੰਦਾ ਜਿਹੜਾ ਤੁਸੀਂ ਲੋਕੈਲਿਟੀ ਦੇ ਵਿੱਚ ਰਹਿੰਦੇ ਹੋ, ਉੱਥੇ ਜਿਹੜੇ ਤੁਸੀਂ ਦੁਕਾਨਦਾਰਾਂ ਨੂੰ ਵੇਖਦੇ ਹੋ ਉਹ ਸਾਰੇ ਲੋਕਲ ਟ੍ਰੇਡ ਜਿਹੜੇ ਆ ਰਿਟੇਲ ਟ੍ਰੇਡ ਦੇ ਨਾਲ ਹੀ ਆ ਜਾਂਦੇ ਨੇ। ਇਹ ਕੀ ਕਰਦੇ ਨੇ ਜਿਹੜਾ ਰਿਟੇਲਰ ਆ ਉਹ ਹੋਲਸੇਲਰ ਅਤੇ ਕੰਜ਼ਿਊਮਰ ਦੇ ਵਿੱਚ ਇੱਕ ਲਿੰਕ ਬਣਾਉਣ ਦਾ ਕੰਮ ਜਿਹੜਾ ਉਹ ਕਰਦਾ, ਜੋ ਕਿ ਸਮੋਲ ਕੁਆਂਟਿਟੀ ਦੇ ਵਿੱਚ ਗੁੱਡਸ ਜਿਹੜੀਆਂ ਵਾ ਉਹ ਖਰੀਦਦਾ ਵਾ ਹੋਲਸੇਲਰ ਕੋਲੋਂ, ਅਤੇ ਅੱਗੇ ਜਿਹੜਾ ਕੰਜ਼ਿਊਮਰ ਆ ਉਹਨੂੰ ਗੁੱਡਸ ਜਿਹੜਾ ਪ੍ਰੋਵਾਈਡ ਕਰਦਾ। ਮੈਨੂਫੈਕਚਰ ਇੱਕ ਪਰਟੀਕੁਲਰ ਟਾਈਪਸ ਆਫ ਗੁੱਡਸ ਨੂੰ ਪ੍ਰੋਡਿਊਸ ਕਰਦਾ, ਹੋਲਸੇਲਰ ਜਿਹੜਾ ਵਾ ਉਹ ਇੱਕ ਦੋ ਮੈਨੂਫੈਕਚਰ ਦੀਆਂ ਪਰਟੀਕੁਲਰ ਟਾਈਪਸ ਦੀਆਂ ਗੁੱਡਸ ਨੂੰ ਜਿਹੜਾ ਉਹ ਖਰੀਦਦਾ, ਰਿਟੇਲਰ ਜਿਹੜਾ ਵਾ ਉਹ ਵੱਖਰੇ ਵੱਖਰੇ ਹੋਲਸੇਲਰ ਕੋਲੋਂ ਵੱਖਰੀ ਵੱਖਰੀ ਟਾਈਪਸ ਦੀਆਂ ਗੁੱਡਸ ਨੂੰ ਖਰੀਦ ਕੇ ਆਪਣੀ ਦੁਕਾਨ ਦੇ ਉੱਤੇ ਰੱਖਦਾ, ਅਤੇ ਕੰਜ਼ਿਊਮਰ ਜਿਹੜਾ ਵਾ ਉਹ ਵੱਖਰੇ ਵੱਖਰੇ ਮੈਨੂਫੈਕਚਰਾਂ ਦੀਆਂ ਵੱਖਰੇ ਵੱਖਰੇ ਹੋਲਸੇਲਰ ਦੀਆਂ ਗੁੱਡਸ ਨੂੰ ਜਿਹੜਾ ਵਾ ਰਿਟੇਲਰ ਦੇ ਕੋਲੋਂ ਜਿਹੜਾ ਉਹ ਖਰੀਦਦਾ। ਜਿਸ ਤਰ੍ਹਾਂ ਆਪਾਂ ਸਾਬਣ ਦੀ ਗੱਲ ਕਰਦੇ ਹਾਂ, ਸਾਬਣ ਜਿਹੜਾ ਹਿੰਦੁਸਤਾਨ ਲੀਵਰ ਵੀ ਬਣਾ ਰਿਹਾ ਵਾ, ਕੋਈ ITC ਬਣਾ ਰਿਹਾ ਵਾ, ਸਾਰੇ ਬਣਾ ਰਹੇ ਆ। ਹੁਣ ਇਹਨਾਂ ਦੇ ਜਿਹੜੇ ਅੱਗੇ ਅੱਗੇ ਹੋਲਸੇਲਰ ਹੋਣਗੇ ਉਹ ITC ਵਾਲੇ ITC ਦਾ ਮਾਲ ਹੀ ਖਰੀਦਣਗੇ, ਉਹ ਰਿਟੇਲ ਜਿਹੜੇ ਹਿੰਦੁਸਤਾਨ ਲੀਵਰ ਨਾਲ ਉਹ ਹੀ ਮਾਲ ਖਰੀਦਣਗੇ, ਮਗਰ ਰਿਟੇਲਰ ਨੇ ITC ਦਾ ਮਾਲ ਵੀ ਰੱਖਣਾ ਵਾ ਅਤੇ ਹਿੰਦੁਸਤਾਨ ਲੀਵਰ ਦਾ ਵੀ ਰੱਖਣਾ ਵਾ, ਅਤੇ ਕੰਜ਼ਿਊਮਰ ਦੀ ਦੋਵਾਂ ਕੋਲ ਆਪਸ਼ਨ ਹੈ ਵੀ ਕਿਹੜੀ ਚੀਜ਼ ਨੂੰ ਉਹਨੇ ਜਿਹੜਾ ਯੂਜ਼ ਉਹ ਕਰਨਾ, ਅਤੇ ਉਹਨੂੰ ਆਪਾਂ ਕਹਿੰਦੇ ਰਿਟੇਲ ਟ੍ਰੇਡ, ਇਹ ਵੀ ਇੱਕ ਦੇਸ਼ ਦੀ ਬਾਉਂਡਰੀ ਦੇ ਵਿੱਚ ਰਹਿ ਕੇ ਹੀ ਕੀਤਾ ਜਾਂਦਾ। ਫਿਰ ਅੱਗੇ ਬਹੁਤ ਆ ਜਾਂਦਾ ਵਾ ਐਕਸਟਰਨਲ ਟ੍ਰੇਡ। ਐਕਸਟਰਨਲ ਟ੍ਰੇਡ ਦਾ ਮਤਲਬ ਹੈਗਾ ਜਿਹੜਾ ਕਿ ਦੋ ਜਾਂ ਦੋ ਤੋਂ ਵੱਧ ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਵੀ ਬਾਇੰਗ ਸੈਲਿੰਗ ਹੋ ਰਹੀ ਆ ਜਾਂ ਉਹਨਾਂ ਦੇ ਵਿੱਚ ਟ੍ਰੇਡ ਹੋ ਰਿਹਾ ਵਾ, ਇੰਪੋਰਟ ਐਕਸਪੋਰਟ ਹੋ ਰਿਹਾ, ਉਹਨੂੰ ਆਪਾਂ ਕਹਿੰਦੇ ਹਾਂ ਐਕਸਟਰਨਲ ਟ੍ਰੇਡ। ਕਹਿੰਦਾ ਐਕਸਟਰਨਲ ਟ੍ਰੇਡ ਜਿਸ ਤਰ੍ਹਾਂ ਇੰਡੀਆ ਅਮੈਰੀਕਾ ਨਾਲ, ਜਪਾਨ ਨਾਲ, ਫਰਾਂਸ ਨਾਲ, UK ਨਾਲ ਡੀਲ ਕਰਦਾ, ਉਹਨੂੰ ਆਪਾਂ ਕਹਿੰਦੇ ਐਕਸਟਰਨਲ ਟ੍ਰੇਡ। ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਈਆਂ? ਜਿਸ ਤਰ੍ਹਾਂ ਇੰਪੋਰਟ ਟ੍ਰੇਡ, ਇੰਪੋਰਟ ਟ੍ਰੇਡ ਦਾ ਮਤਲਬ ਹੈਗਾ ਕਿ ਬਾਹਰਲੇ ਦੇਸ਼ਾਂ ਦੇ ਕੋਲੋਂ ਆਪਾਂ ਗੁੜਸ ਜਿਹੜੀਆਂ ਵਾ ਮੰਗਵਾਉਂਦੇ ਹਾਂ, ਕਿ ਜਿਹੜੀਆਂ ਗੁੜਸ ਦੀ ਘਾਟ ਆ ਸਾਡੇ ਦੇਸ਼ ਵਿੱਚ, ਆਪਾਂ ਬਾਹਰਲੇ ਦੇਸ਼ਾਂ ਤੋਂ ਗੁੜਸ ਜਿਹੜੀਆਂ ਮੰਗਵਾਉਂਦੇ ਉਹਨਾਂ ਨੂੰ ਕਹਿੰਦੇ ਆ ਇੰਪੋਰਟ ਟ੍ਰੇਡ। ਜਿਸ ਤਰ੍ਹਾਂ ਮਸ਼ੀਨਰੀ ਆ, ਕੋਈ ਹੈਵੀ ਕੈਪੀਟਲ ਗੁੜਸ ਨੇ ਹੈਵੀ, ਉਹ ਇੱਥੇ ਨਹੀਂ ਸਾਡੇ ਕੋਲ ਚੀਜ਼ਾਂ ਬਣਦੀਆਂ ਅਤੇ ਆਪਾਂ ਬਾਹਰਲੇ ਦੇਸ਼ਾਂ ਤੋਂ ਜਿਹੜੀਆਂ ਉਹ ਮੰਗਵਾਉਂਦੇ ਹਾਂ, ਉਹਨੂੰ ਕਹਿੰਦੇ ਇੰਪੋਰਟ ਟ੍ਰੇਡ। ਐਕਸਪੋਰਟ ਟ੍ਰੇਡ ਕਿ ਜਿਨ੍ਹਾਂ ਦੀ ਪ੍ਰੋਡਕਸ਼ਨ ਸਾਡੇ ਦੇਸ਼ 'ਚ ਬਹੁਤ ਜ਼ਿਆਦਾ ਵਾ ਅਤੇ ਆਪਾਂ ਉਹਨਾਂ ਨੂੰ ਫਿਰ ਦੂਜੇ ਦੇਸ਼ਾਂ ਦੇ ਕੋਲ ਜਿਹੜਾ ਕੀ ਕਰ ਦਿੰਦੇ ਹਾਂ, ਐਕਸਪੋਰਟ ਕਰ ਦਿੰਦੇ ਹਾਂ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਐਕਸਪੋਰਟ ਟ੍ਰੇਡ। ਅਤੇ ਇੰਟਰਪੋਰਟ ਟ੍ਰੇਡ, ਇੰਟਰਪੋਰਟ ਦਾ ਮਤਲਬ ਕੀ ਹੈਗਾ ਵਾ? ਇੰਟਰਪੋਰਟ ਦਾ ਮਤਲਬ ਹੈਗਾ ਵਾ ਕਿ ਆਪਾਂ ਗੁੜਸ ਜਿਹੜੀਆਂ ਵਾ ਕੱਚਾ ਮਾਲ ਜਿਹੜਾ ਵਾ ਬਾਹਰਲੇ ਦੇਸ਼ ਤੋਂ ਮੰਗਵਾਉਂਦੇ ਹਾਂ, ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਆਪਾਂ ਤਿਆਰ ਕਰਦੇ ਹਾਂ, ਤਿਆਰ ਕਰਨ ਤੋਂ ਬਾਅਦ ਫਿਰ ਹੋਰ ਅਦਰ ਕੰਟਰੀਜ਼ ਨੂੰ ਉਹ ਮਾਲ ਤਿਆਰ ਕਰਕੇ ਆਪਾਂ ਜਿਹੜਾ ਉਹ ਵੇਚਦੇ ਹਾਂ। ਮਤਲਬ ਪਹਿਲਾਂ ਇੰਪੋਰਟ ਕੀਤਾ, ਉਹਨੂੰ ਇੱਥੇ ਸਹੀ ਤਰੀਕੇ ਨਾਲ ਤਿਆਰ ਕੀਤਾ, ਫਿਨਿਸ਼ ਕੀਤਾ, ਫਿਨਿਸ਼ ਗੁੱਡਸ ਵਿੱਚ ਕਨਵਰਟ ਕਰਕੇ ਉਹਨੂੰ ਦੁਬਾਰਾ ਤੋਂ ਫਿਰ ਜਿਹੜਾ ਆਪਾਂ ਐਕਸਪੋਰਟ ਕਰਤਾ, ਉਹਨੂੰ ਆਪਾਂ ਕਹਿੰਦੇ ਹਾਂ ਇੰਟਰਪੋਰਟ। ਕਿ ਮਾਲ ਆਇਆ, ਉਹਨੂੰ ਤਿਆਰ ਕੀਤਾ ਅਤੇ ਅਦਰ ਕੰਟਰੀਜ਼ ਨੂੰ ਜਿਹੜਾ ਵੇਚਤਾ, ਉਹਨੂੰ ਕਹਿੰਦੇ ਹਾਂ ਆਪਾਂ ਇੰਟਰਪੋਰਟ। ਫਿਰ ਉਸ ਤੋਂ ਬਾਅਦ ਪਤਾ ਆ ਜਾਂਦਾ ਵਾ ਏਡਸ ਟੂ ਟ੍ਰੇਡ, ਜਿਹਨੂੰ ਆਪਾਂ ਔਗਜ਼ਲਰੀਜ਼ ਕਹਿੰਦੇ ਹਾਂ। ਆਪਾਂ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਕਿ ਕਮਰਸ ਜਿਹੜਾ ਵਾ ਜਿਹੜੀਆਂ ਜਿਹੜੀਆਂ ਹਿੰਡਰੈਂਸ ਨੂੰ ਜਿਹੜੇ ਜਿਹੜੇ ਓਬਸਟੈਕਲ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦਾ ਵਾ ਅਤੇ ਕਿਹਨਾਂ ਦੇ ਬੇਸ ਦੇ ਉੱਤੇ ਦੂਰ ਕਰਨ 'ਚ ਮਦਦ ਕਰਦਾ ਵਾ? ਏਡਸ ਟੂ ਟ੍ਰੇਡ ਦੇ ਬੇਸ 'ਤੇ ਇਹ ਉਹਨਾਂ ਹਿੰਡਰੈਂਸ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦਾ ਵਾ। ਉਹਨਾਂ ਨੂੰ ਕਹਿੰਦੇ ਔਗਜ਼ਲਰੀਜ਼ ਜਾਂ ਏਡਸ ਟੂ ਟ੍ਰੇਡ, ਜਿਹਨਾਂ ਵਿੱਚ ਟਰਾਂਸਪੋਰਟ, ਬੈਂਕਿੰਗ, ਵੇਅਰ ਹਾਊਸ, ਇੰਸ਼ੋਰੈਂਸ, ਕਮਿਊਨੀਕੇਸ਼ਨ, ਇਹ ਸਾਰਾ ਕੁਝ ਇਨਕਲੂਡ। ਆਪਾਂ ਇਹਨਾਂ ਨੂੰ ਪੜ੍ਹ ਵੀ ਲਿਆ ਵਾ ਕਿ ਟਰਾਂਸਪੋਰਟ ਜਿਹੜਾ ਵਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਗੁੜਸ ਜਿਹੜੀਆਂ ਵਾ ਉਹਨੂੰ ਲੈ ਕੇ ਜਾਣ 'ਚ ਮਦਦ ਕਰਦਾ ਵਾ, ਅਤੇ ਪਲੇਸ ਯੂਟੀਲਿਟੀ ਜਿਹੜੀ ਆ ਉਹਨੂੰ ਸਹੀ ਕਰ ਮਤਲਬ ਕੰਪਲੀਟ ਕਰਨ ਦੇ ਵਿੱਚ ਮਦਦ ਕਰਦਾ, ਈਜ਼ੀ ਕਰਨ 'ਤੇ ਮਦਦ ਕਰਦਾ ਵਾ, ਰੇਲ ਦੇ ਥਰੂ, ਸੀ ਰੂਟ ਦੇ ਥਰੂ, ਏਅਰ ਦੇ ਥਰੂ। ਬੈਂਕਿੰਗ, ਲੋਨ ਲੈਣਾ, ਪੈਸਾ ਜਮ੍ਹਾਂ ਕਰਾਉਣਾ, ਪੈਸਾ ਕਢਵਾਉਣਾ, ਉਹ ਜਿਹੜੀ ਚੀਜ਼ ਆ ਉਹਨਾਂ ਦੀ ਪ੍ਰੋਬਲਮ ਨੂੰ ਦੂਰ ਕਰਦਾ ਵਾ ਜਿਹੜਾ ਬੈਂਕਿੰਗ ਸਿਸਟਮ ਆ। ਫਿਰ ਵੇਅਰ ਹਾਊਸਿੰਗ, ਗੁੱਡਸ ਨੂੰ ਸੰਭਾਲ ਕੇ ਰੱਖਣਾ, ਟਾਈਮ ਨੂੰ ਬਚਾਉਣਾ, ਜਿਹੜਾ ਵਾ ਕੱਲ੍ਹ ਨੂੰ ਗੁੜਸ ਜਿਹੜੀਆਂ ਇੱਕ ਸਾਲ ਦੇ ਵਿੱਚ ਜਿਹੜਾ ਪੂਰਾ ਸਾਲ ਪ੍ਰੋਡਿਊਸ ਕਰਦੇ ਹਾਂ, ਸੀਜ਼ਨ 'ਚ ਯੂਜ਼ ਹੋਣੀਆਂ, ਸੀਜ਼ਨ 'ਚ ਪ੍ਰੋਡਕਸ਼ਨ ਨਹੀਂ ਪੂਰਾ ਸਾਲ ਯੂਜ਼ ਕਰਨੀਆਂ, ਉਹਨਾਂ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਉਹਦੀ ਪ੍ਰੋਬਲਮ ਨੂੰ ਦੂਰ ਕਰਦਾ ਵੇਅਰ ਹਾਊਸ। ਕੰਜ਼ਿਊਮਰ ਨੂੰ ਨੌਲੇਜ ਦੇਣ ਦੇ ਵਿੱਚ ਮਦਦ ਕਰਦਾ ਵਾ, ਕਿਸ ਤਰ੍ਹਾਂ ਗੁੜਸ ਨੂੰ ਯੂਜ਼ ਕਰਨਾ, ਕਿਸ ਤਰ੍ਹਾਂ ਉਹਦੀ ਨੌਲੇਜ ਦੇਣੀ, ਕਿਸ ਤਰ੍ਹਾਂ ਨੂੰ ਆਪਾਂ
ਯੂਜ਼ ਕਰ ਸਕਦੇ ਹਾਂ। ਐਡਵਰਟਾਈਜ਼ਮੈਂਟ ਇਹ ਵੀ ਕਮਰਸ ਜਿਹੜਾ ਵਾ ਹਿੰਡਰੈਂਸ ਨੂੰ ਦੂਰ ਕਰਦਾ ਵਾ, ਨੌਲੇਜ ਦੀ ਹਿੰਡਰੈਂਸ ਨੂੰ। ਇੰਸ਼ੋਰੈਂਸ, ਕੱਲ੍ਹ ਨੂੰ ਕੋਈ ਨੁਕਸਾਨ ਹੋ ਸਕਦਾ ਵਾ, ਗੁੱਡ ਜਿਹੜੀ ਆ ਵਾ ਵੇਅਰ ਹਾਊਸ 'ਚ ਰੱਖੀਆਂ, ਟ੍ਰਾਂਜ਼ਿਟ ਦੇ ਵਿੱਚ ਅੱਗ ਲੱਗ ਸਕਦੀ, ਫਾਇਰ ਵਗੈਰਾ, ਉਹਦੀ ਪ੍ਰੋਬਲਮ ਨੂੰ ਦੂਰ ਕਰਦਾ ਵਾ ਇੰਸ਼ੋਰੈਂਸ। ਉਹਦੇ ਵਾਸਤੇ ਆਹ ਵੀ ਕਮਰਸ ਜਿਹੜੀ ਆ ਦੂਰ ਕਰਦਾ, ਇਹਨੂੰ ਵੀ ਆਪਾਂ ਏਡਸ ਟੂ ਟ੍ਰੇਡ ਕਰਨੀ ਹੈ। ਅਤੇ ਕਮਿਊਨੀਕੇਸ਼ਨ, ਕਿ ਕੰਜ਼ਿਊਮਰ ਜਿਹੜਾ ਵਾ ਉਹਦੇ ਨਾਲ ਦੂਰ ਦੁਰਾਜੇ ਤੱਕ ਗੱਲ ਕਰਨ 'ਚ ਮਦਦ ਕਰਦਾ ਹੈ।